हेलो एवरीवन, सत श्री अकाल जी सारयां। दोस्तों हमेशा की तरह थोड़े नाल अज मिलान जा रहे हैं साढ़े एक सक्सैसफुल कैंडिडेट जिन्हों का ओपन वर्क परमिट का वीज़ा अप्रूव होकर आया है। कोशिश होंगी है वीडियो के राही प्रमोशन के नाल नाल तुहानू अवेयर किया जा सके। अज का यह वीडियो खास करके हैगा क्योंकि इन्हों का जिहड़ा वीज़ा हैगा वह पहला किसी होर एजेंट तो इन्होंने लगाया सीगा ते रिफ्यूज़ हो गया सीगा ते फिर इन्होंने सानू अप्रोच किया ते फाइनली इन्हों का जिहड़ा हैगा वीज़ा स्टैंप होके आ गया। एक होर जिहड़ी स्पैशल चीज़ हैगी है वह हैगी है कि जदों इन्हां दी लास्ट टाइम रिफ्यूज़ल आई सीगी ਤਾਂ ਉਦੋਂ ਇਹਨਾਂ ਦਾ ਇੰਟਰਵਿਊ ਹੋਇਆ ਸੀਗਾ ਅਤੇ ਇੰਟਰਵਿਊ ਦੇ ਵਿੱਚ ਵੀਜ਼ਾ ਆਫਿਸਰ ਨੇ ਇਹ ਪਾਇਆ ਕਿ ਇਹਨਾਂ ਦਾ ਕੇਸ ਜੈਨੂਨ ਨਹੀਂ ਹੈਗਾ। ਬਹੁਤ ਸਾਰੇ ਜਿਹੜੇ ਕਲਾਇੰਟ ਨੇ ਉਹਨਾਂ ਨੂੰ ਇਸ ਚੀਜ਼ ਦਾ ਖਾਸ ਕਰਕੇ ਹੈਗਾ ਕਿ ਜੇਕਰ ਸਾਡਾ ਵੀਜ਼ਾ ਖਾਸ ਕਰਕੇ ਇੰਟਰਵਿਊ ਹੋਣ ਤੋਂ ਬਾਅਦ ਰਿਫਿਊਜ਼ ਹੋਇਆ ਤਾਂ ਸਾਨੂੰ ਜਿਹੜਾ ਹੈਗਾ ਦੁਬਾਰਾ ਵੀਜ਼ਾ ਲੈਣ 'ਚ ਦਿੱਕਤ ਆਏਗੀ। ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਡਕਟ 'ਤੇ ਖਾਸ ਕਰਕੇ ਕੈਨੇਡਾ ਅੰਬੈਸੀ ਵੱਲੋਂ ਕਾਫੀ ਸਖਤੀ ਕੀਤੀ ਹੋਈ ਹੈ ਅਤੇ ਇਸ ਕਰਕੇ ਬਹੁਤ ਸਾਰੀਆਂ ਰਿਫਿਊਜ਼ਲਸ ਆਉਂਦੀਆਂ ਨੇ। ਰਿਫਿਊਜ਼ਲ ਜਦੋਂ ਆ ਜਾਂਦੀ ਹੈ ਤਾਂ ਬਹੁਤ ਸਾਰਾ ਜਿੱਦਾਂ ਕਹਿੰਦੇ ਦੋ ਫੈਮਿਲੀ ਦਾ ਜਿਹੜਾ ਜਿਹਨਾਂ ਨੂੰ ਕਿ ਸਮਝਿਆ ਜਾਵੇ ਕਿ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ ਐਪਲੀਕੈਂਟ ਨੂੰ, ਉਹਦੀ ਫੈਮਿਲੀ ਨੂੰ, ਇਨਲੋਸ ਫੈਮਿਲੀ ਨੂੰ। ਪਰ ਜੇਕਰ ਤੁਸੀਂ ਇੱਕ ਜੈਨੂਨ ਐਪਲੀਕੈਂਟ ਹੋ ਅਤੇ ਤੁਹਾਡਾ ਕੋਈ ਕਿਸੇ ਵੀ ਕਾਰਨ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹੈ। ਤੁਸੀਂ ਆਪਣਾ ਵੀਜ਼ਾ ਦੁਬਾਰਾ ਅਪਲਾਈ ਕਰਕੇ ਲੈ ਸਕਦੇ ਹੋ। ਜ਼ਰੂਰਤ ਹੈ ਸਹੀ ਤਰੀਕੇ ਦੇ ਨਾਲ ਆਪਣੀ ਫਾਈਲ ਨੂੰ ਪ੍ਰੈਜ਼ੈਂਟ ਕਰਨ ਦੀ, ਸਹੀ ਡਾਕੂਮੈਂਟ ਲਗਾਉਣ ਦੀ ਅਤੇ ਇੱਕ ਤਜਰਬੇਕਾਰ ਕੰਸਲਟੈਂਟ ਦੇ ਥਰੂ ਫਾਈਲ ਲਗਾਉਣ ਦੀ। ਸੋ ਅੱਜ ਇਹਨਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਸਤਨਾਮ ਜੋ ਕਿ ਬਰਨਾਲਾ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ, ਸੋ ਸਤਨਾਮ ਜੀ ਅਤੇ ਅੰਕਲ ਜੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ। ਸੋ ਫਾਈਨਲੀ ਅੱਜ ਤੁਹਾਡਾ ਵੀਜ਼ਾ ਆ ਗਿਆ। ਜੀ ਸਰ। ਪਹਿਲਾਂ ਤੁਸੀਂ ਫਾਈਲ ਕਦੋਂ ਲਗਵਾਈ ਸੀ, ਕਿਹੜੇ ਈਅਰ 'ਚ ਲਗਾਈ ਸੀਗੀ? ਮੈਂ ਪਹਿਲਾਂ ਫਾਈਲ 2019 ਦੇ ਵਿੱਚ ਲਗਵਾਈ ਸੀ। 19 ਚ ਲਗਾਈ? ਹਾਂਜੀ ਸਰ। ਠੀਕ ਹੈ, ਥੋੜਾ ਆਪਣੇ ਬਾਰੇ ਦੱਸੋ, ਤੁਸੀਂ ਕੀ ਕਰਦੇ ਹੋ? ਮਾਈ ਨੇਮ ਸਤਨਾਮ ਸਿੰਘ, ਆਈ ਐਮ ਫਰੋਮ ਬਰਨਾਲਾ। ਸਾਡਾ ਆਪਣਾ ਬਿਜ਼ਨਸ ਹੈ ਉੱਥੇ, ਮੈਂ ਆਪਣੇ ਮੈਨੇਜਰ ਦੀ ਜੋਬ ਪ੍ਰੈਜ਼ੈਂਟ ਕੀਤੀ ਹੈ ਤੇ ਉਹਦੇ ਬਿਜ਼ਨਸ ਤੁਹਾਡਾ ਫਾਦਰ ਸਾਹਿਬ ਦਾ ਬਿਜ਼ਨਸ? ਠੀਕ ਹੈ। ਤੁਸੀਂ ਫਸਟ ਟਾਈਮ ਜਿਹੜੀ ਆਪਣੀ ਫਾਈਲ ਕਿੱਥੋਂ ਲਗਾਈ ਸੀਗੀ? ਮੈਂ ਕੈਨੇਡਾ ਤੋਂ ਲਗਵਾਈ ਸੀ। ਕੈਨੇਡਾ ਤੋਂ ਲਗਵਾਈ ਸੀ ਤੇ ਤੁਹਾਡਾ ਇੰਟਰਵਿਊ ਆਇਆ ਸੀਗਾ? ਇੰਟਰਵਿਊ ਆਇਆ ਸੀ ਸਰ ਮੇਰਾ। ਪਹਿਲਾਂ ਤੁਹਾਡਾ ਸ਼ਾਇਦ ਮੈਡੀਕਲ ਆਇਆ ਸੀਗਾ? ਪਹਿਲਾਂ ਮੈਡੀਕਲ ਆਇਆ, ਉਸ ਤੋਂ ਬਾਅਦ ਅਸੀਂ ਉੱਥੇ MP ਤੋਂ ਮੇਲ ਕਰਵਾਈ ਅੰਬੈਸੀ ਨੂੰ ਵੀ ਹਜੇ ਤੱਕ ਵੀਜ਼ਾ ਕਿਉਂ ਨਹੀਂ ਆਇਆ। ਤਾਂ ਫਿਰ ਉਹਨਾਂ ਨੇ ਸਾਡਾ ਇੱਕ ਹਫ਼ਤੇ ਦੇ ਵਿੱਚ ਇੰਟਰਵਿਊ ਦਿੱਤੀ। ਇੰਟਰਵਿਊ ਦੇ ਵਿੱਚ ਫਿਰ ਮੇਰਾ ਕੇਸ ਰਿਫਿਊਜ਼ਲ ਦਿੱਤਾ ਉਹਨਾਂ ਨੇ। ਕੀ ਪੁੱਛਿਆ ਗਿਆ ਇੰਟਰਵਿਊ 'ਚ? ਕੀ ਕੰਸਰਨ ਸੀਗੇ ਵੀਜ਼ਾ ਅਫਸਰ ਦੇ, ਕੀ ਪੁੱਛਿਆ ਸੀ ਤੁਹਾਨੂੰ? ਇੰਟਰਵਿਊ ਦੇ ਵਿੱਚ ਪੁੱਛਿਆ ਵੀ ਤੁਹਾਡੇ ਮੈਰਿਜ ਦੇ ਵਿੱਚ ਕਿੰਨਾ ਇਕੱਠ ਸੀਗਾ। ਉਹਨਾਂ ਨੇ ਫਿਰ ਮੈਂ ਦੱਸਿਆ ਅਤੇ ਉਦੋਂ ਬਾਅਦ ਫਿਰ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਹਾਡਾ ਵੀ ਰਿਲੇਸ਼ਨ ਕੀ ਆ, ਅਤੇ ਫਿਰ ਅਸੀਂ ਮਤਲਬ ਆਪਦਾ ਗੁਰਸਿੱਖੀ ਦੇ ਵਿੱਚ ਦੱਸਿਆ। ਉਹ ਕਹਿੰਦੇ ਵੀ ਤੁਸੀਂ ਮੈਂਸ਼ਨ ਕਿਉਂ ਨਹੀਂ ਕੀਤਾ ਇਹ ਸਾਰਾ ਕੁਛ? ਤਾਂ ਫਿਰ ਮੈਨੂੰ ਕਹਿੰਦੇ ਵੀ ਤੁਹਾਡਾ ਵੀ ਮੈਂ ਵੀਜ਼ਾ ਨਹੀਂ ਦੇ ਸਕਦਾ। ਨਹੀਂ ਦੇ ਸਕਦਾ? ਹਾਂਜੀ। ਸੋ ਮੇਜਰ ਉਹਨਾਂ ਨੇ ਕਿਹਾ ਵੀ ਜਿਹੜੀ ਚੀਜ਼ ਤੁਸੀਂ ਹੁਣ ਕਹਿ ਰਹੇ ਹੋ ਉਹ ਤੁਹਾਡੀ ਫਾਈਲ ਦੇ ਵਿੱਚ ਤੁਸੀਂ ਮੈਂਸ਼ਨ ਨਹੀਂ ਕੀਤੀ ਸੀ। ਹਾਂਜੀ ਸਰ। ਠੀਕ ਹੈ, ਮਤਲਬ ਜੋ ਤੁਹਾਡੇ ਰਿਚੁਅਲ ਹੋਏ, ਜਿਸ ਤਰ੍ਹਾਂ ਦੇ ਹੋਏ, ਉਹ ਚੀਜ਼ਾਂ ਤੁਸੀਂ ਫਾਈਲ ਦੇ ਵਿੱਚ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਨਹੀਂ ਕੀਤੀਆਂ। ਉਦਾਂ ਤੁਹਾਡੀ ਮੈਰਿਜ ਜੈਨੂਨ ਸੀ? ਮੈਰਿਜ ਜੈਨੂਨ ਸੀ। ਮੈਰਿਜ ਤੁਹਾਡੀ ਜੈਨੂਨ ਸੀ, ਵੀਜ਼ਾ ਅਫਸਰ ਤੁਹਾਡੀ ਜੈਨੂਨਿਟੀ ਦੇਖਣਾ ਚਾਹੁੰਦਾ ਸੀ। ਤੁਸੀਂ ਕਿਉਂ ਪ੍ਰੂਵ ਨਹੀਂ ਕਰ ਪਾਏ ਕਿ ਤੁਹਾਡੀ ਇੱਕ ਜੈਨੂਨ ਮੈਰਿਜ ਹੈ? ਤੁਸੀਂ ਕਨਵਿੰਸ ਕਿਉਂ ਨਹੀਂ ਕਰ ਪਾਏ, ਤੁਹਾਨੂੰ ਕੀ ਲੱਗਦਾ? ਸਰ ਅਸੀਂ ਤਾਂ ਸਾਰਾ ਕੁਛ ਪ੍ਰੂਫ ਕੀਤਾ ਸੀਗਾ ਜੀ, ਪਰ ਜਿਹੜੀ ਫਾਈਲ ਦੀ ਪ੍ਰੋਸੈਸਿੰਗ ਸੀ ਉਹ ਸਹੀ ਢੰਗ ਨਾਲ ਨਹੀਂ ਸੀ ਹੋਈ ਜਿੱਦਾਂ ਤੁਸੀਂ। ਸੋ ਕਹਿਣ ਦਾ ਮਤਲਬ ਜੋ ਚੀਜ਼ਾਂ ਤੁਹਾਡੀ ਫਾਈਲ 'ਚ ਦੱਸੀਆਂ ਗਈਆਂ ਅਤੇ ਜੋ ਚੀਜ਼ਾਂ ਤੁਸੀਂ ਬੋਲ ਰਹੇ ਸੀ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਫਰਕ ਸੀ? ਫਰਕ ਸੀ ਸਰ। ਠੀਕ ਹੈ, ਸੋ ਇਹ ਇਸ ਤਰ੍ਹਾਂ ਦਾ ਫਰਕ ਕਿਉਂ ਆਇਆ? ਜਿਹੜਾ ਤੁਹਾਡਾ ਕੰਸਲਟੈਂਟ ਸੀ ਉਹ ਕੈਨੇਡਾ ਤੋਂ ਤੁਸੀਂ ਫਾਈਲ? ਕੈਨੇਡਾ ਤੋਂ ਜੀ ਸਰ। ਕੀ ਤੁਸੀਂ ਪ੍ਰੋਪਰ ਆਪਸ 'ਚ ਗੱਲਬਾਤ ਨਹੀਂ ਕਰਦੇ ਸੀਗੇ? ਤੁਹਾਡੀ ਡਿਟੇਲ ਉਹਨਾਂ ਨੇ ਨਹੀਂ ਲਈ ਸੀਗੀ? ਸਾਰਾ ਕੁਛ ਡਿਟੇਲ ਦਿੱਤੀ ਸੀ ਸਰ। ਠੀਕ ਹੈ, ਪਰ ਉਹਨਾਂ ਨੇ ਮਤਲਬ ਸੈਟੀਸਫਾਈ ਨਹੀਂ ਕਰਵਾ ਸਕੇ ਉਹ ਅੰਬੈਸੀ ਨੂੰ। ਦੋਸਤੋ ਜਿੱਦਾਂ ਸਤਨਾਮ ਨੇ ਤੁਹਾਨੂੰ ਸ਼ੇਅਰ ਕੀਤਾ ਕਿ ਇਹਨਾਂ ਨੇ ਆਪਣੀ ਫਾਈਲ ਕੈਨੇਡਾ ਦੇ ਕਿਸੇ ਕੰਸਲਟੈਂਟ ਤੋਂ ਆਪਣੀ ਫਾਈਲ ਲਗਾਈ ਸੀਗੀ, ਸਬਮਿਟ ਕੀਤੀ ਸੀਗੀ, ਅਤੇ ਜਦੋਂ ਇਹਨਾਂ ਦਾ ਇੰਟਰਵਿਊ ਆਇਆ ਤਾਂ ਜਿਹੜਾ ਵੀਜ਼ਾ ਆਫਿਸਰ ਨੇ ਜੋ ਵੀ ਇਹਨਾਂ ਤੋਂ ਕੁਐਸਚਨ ਪੁੱਛੇ ਉਹ ਇਹਨਾਂ ਦੀ ਫਾਈਲ ਦੇ ਨਾਲ ਮੈਚ ਨਹੀਂ ਕਰ ਰਹੇ ਸੀਗੇ। ਸੋ ਜੋ ਚੀਜ਼ਾਂ ਇਹ ਦੱਸ ਰਹੇ ਸੀਗੇ ਅਤੇ ਜੋ ਚੀਜ਼ਾਂ ਉਹਨਾਂ ਦੀ ਫਾਈਲ ਦੇ ਵਿੱਚ ਕਹੀਆਂ ਗਈਆਂ ਉਹਦੇ ਵਿੱਚ ਕਾਫੀ ਡਿਫਰੈਂਸ ਸੀਗਾ, ਅਤੇ ਬਟ ਓਬਵੀਅਸ ਹੈਗਾ ਵੀਜ਼ਾ ਅਫਸਰ ਨੂੰ ਡਾਊਟ ਹੋ ਗਿਆ। ਆਲਦੋ ਇੱਕ ਜੈਨੂਨ ਕੇਸ ਸੀਗਾ, ਬਿਲਕੁਲ ਜੈਨੂਨ ਇਹਨਾਂ ਦੀ ਮੈਰਿਜ ਸੀਗੀ,
इन्हां नूं मौका भी मिलिया इंटरव्यू दे राहीं। असीं तां अक्सर ये गल कहिंदे आ कि इंटरव्यू आना एक अच्छी गल हुंदी है जेकर तुसीं एक जेन्युइन एप्लीकेंट हो, तुसीं अपना पॉइंट वीज़ा अफसर नूं आपदे मूँह दे राहीं बोल के प्रूव कर सकदे हो ते वीज़ा लै सकदे हो। पर जेकर तुहाडी फाइल दे विच ते तुहाडी जो तुसीं गल्लां कह रहे हो उहदे विच डिफरेंस होएगा तां वीज़ा अफसर बट ऑब्वियस है तुहानूं रिफ्यूजल ही देगा। सो फिर तुहानूं साडे बारे कि पता चलिया? मैं यूट्यूब तो चेक किया। अच्छा, सतनाम इकल होर दसो, तुसी रिफ्यूजल तो बाद रिसर्च की थी, ठीक है? जो तुसी फर्स्ट टाइम फाइल लगाई सी उदो तुसी यूट्यूब वगैरह या होर नहीं पता किता सी? नहीं सर, मैं कोई यूट्यूब तो कुछ नहीं पता किता जी। एदा की रीजन है? तुहानू लगदा सी जेन्युइन मैरिज है? एदा मतलब जी जेन्युइन मैरिज है। सो दोस्तों अक्सर ये चीज देखी जाती है कि जिन्हां दी जेन्युइन मैरिज हुंदी है वो कॉन्फिडेंट होंगे ने कि साड़ी मैरिज जेन्युइन हैगी है, साड़ा वीज़ा तो आ ही जाना है, ठीक है? तो अक्सर ओवर कॉन्फिडेंस कह लो इस चीज़ नूं, तो प्रॉपर रिसर्च नहीं करते तो जल्दबाजी दे विच किसी ऐसे कंसल्टेंट के थ्रू फाइल लगा लेंगे ने जिहड़ा कि उन्हां दी फाइल नूं प्रॉपर तरीके दे नाल अंबैसी दे विच पेश नहीं करता। सो यही एक रीज़न हुंदा है कि उन्हां नूं रिफ्यूजल का सामना करना पैंदा। सो अंकल जी तुहानूं बहुत बहुत मुबारक। मुबारक जी सानूं। जिदा सतनाम ने दसिया कि केस जेन्युइन सीगा तां इन्हां नूं सी कि मेरा वीज़ा आ ही जाना हैगा, ज़्यादा नहीं है, पर वीज़ा इन्हां दा रिफ्यूज़ होया तां तुहाडा की रिएक्शन सी उस टाइम? रिएक्शन तां इह सीगा जी, सानूं तां मतलब इह सीगा वी चल बिल्कुल सही काम है, ठीक है, वी साडा वीज़ा लगण ही लगना है, ठीक है। फिर की तुहानूं लग्गिया वी क्यों नहीं वीज़ा लगा? फिर जी सानूं असीं बंदे नूं जाण सीगा जी, ठीक है, हाँ जी हाँ, सानूं जाण करके मतलब इन्हां गल्लां च सानूं सामना करना पिया, ठीक है। एक साडे मन दे विच आए सीगा साडा भी सही काम है, सही सानूं नतीजा मिलू जी, ठीक है। सो फिर जदों रिफ्यूजल तो बाद तुसीं साडे कोल आए, असीं तुहाडा केस डिस्कस किया, हाँ जी, उदों तुहानूं लग्गिया कि पहली फाइल च सच्ची कोई कमी रह गई सीगी? हाँ जी हाँ। हाँ, किस तरह की कमी तुहानूं लग्गिया भी रह गई सी? भी सानूं तां इह सीगा भी डाकूमेंट च कोई फर्क पा दे जी, फर्क पा पिछले एजेंट ने ते मतलब असीं एक गलती करके असीं उधरों लवा बैठे फाइल। अच्छा, हाँ जी हाँ। नहीं उहदे विच तुहाडा फॉल्ट नहीं हैगा दोस्तों, जिद्दां अंकल जी ने दस्या कि असीं अनजाण सीगे, जदों भी कोई नवा एप्लीकेंट फाइल लगांदा है जां उहदी फैमिली, बट ऑब्वियस है उहनां नूं इह चीज़ां दा टैक्नीकल नहीं पता हुंदा ते सम टाइम उह किसी ऐसे कंसल्टेंट तो फाइल लगा लेंदे ने जिहड़ा प्रॉपर तरीके नाल फाइल नहीं लगांदा, रिफ्यूजल दा सामना करना पै जांदा। सो अंकल जिहड़ियां हुण तुहाडे तों असीं चीज़ां मंगीआं, हाँ जी, जां पहलां मंगीआं, काफी फर्क सी चीजां दे विच? हाँ जी। ओके, डिटेल चीज तां कि जी हुण जदों आपां कनेडा तों फाइल लवाई है जी, ठीक है, ਉਹਨਾਂ ਨੂੰ ਮਤਲਬ ਸਹੀ ਤਰੀਕੇ ਮੇਰੇ ਹਿਸਾਬ ਚਲਾਉਣ ਦਾ ਪਤਾ ਨਹੀਂ ਹੈਗਾ ਜੀ। ਪਰ ਇੱਕ ਚੀਜ਼ ਦੱਸੋ, ਬਹੁਤ ਸਾਰੇ ਲੋਕ ਨੇ ਪਤਾ ਨਹੀਂ ਕਿ ਤੁਹਾਡੇ ਰਾਹੀਂ ਪਤਾ ਚੱਲ ਗਿਆ, ਹੁਣ ਜਿਵੇਂ ਆਪਾਂ ਤੁਹਾਨੂੰ ਮਿਲ ਪਏ ਨਹੀਂ, ਹਾਂਜੀ, ਅਸੀਂ ਉੱਥੇ ਹੁਣ ਮਿਲ ਨਹੀਂ ਸਕੇ ਕਿ ਨਹੀਂ, ਪਰ ਸਾਡੇ ਬਹੁਤ ਸਾਰੇ ਐਪਲੀਕੈਂਟ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਜੇ ਅਸੀਂ ਕੈਨੇਡਾ ਤੋਂ ਫਾਈਲ ਲਗਾਵਾਂਗੇ, ਹਾਂਜੀ, ਤਾਂ ਸਾਡਾ ਕੰਮ ਪੱਕਾ ਬਣੇਗਾ, ਪੱਕਾ ਬਣੂਗਾ, ਹਾਂਜੀ, ਇਹ ਵੀ ਬਹੁਤ ਗਲਤ ਹੈ ਜੀ, ਹਾਂ ਹਾਂ। ਪਰ ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਕੈਨੇਡਾ ਤੋਂ ਫਾਈਲ ਲਗਾਉਂਦੇ ਹੋ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਡਰੋਬੈਕ ਜਿਹੜਾ ਇਹ ਹੈਗਾ ਕਿ ਐਪਲੀਕੈਂਟ ਦਾ ਜਿਹੜਾ ਹੈਗਾ ਪ੍ਰੋਪਰ ਇੰਟਰੈਕਸ਼ਨ ਨਹੀਂ ਹੋ ਪਾਉਂਦਾ ਅਤੇ ਜਦੋਂ ਤੱਕ ਕੋਈ ਕੰਸਲਟੈਂਟ ਤੁਹਾਡੀ ਪ੍ਰੋਫਾਈਲ ਨੂੰ ਪੂਰੀ ਤਰ੍ਹਾਂ ਨਹੀਂ ਸਮਝੇਗਾ, ਤੁਹਾਡੇ ਨਾਲ ਪ੍ਰੋਪਰ ਗੱਲਬਾਤ ਨਹੀਂ ਕਰੇਗਾ ਤਾਂ ਤੁਹਾਡੀ ਫਾਈਲ ਉਹ ਪ੍ਰੈਜੈਂਟ ਕਿਵੇਂ ਕਰ ਪਾਏਗਾ? ਸੋ ਇਹ ਇੱਕ ਡਿਫਰੈਂਸ ਹੈਗਾ, ਇੱਕ ਬਹੁਤ ਵੱਡਾ ਮਿੱਥ ਹੈਗਾ ਕਿ ਤੁਸੀਂ ਕੈਨੇਡਾ ਤੋਂ ਫਾਈਲ ਲਗਾਓਗੇ ਤਾਂ ਤੁਹਾਨੂੰ ਜ਼ਿਆਦਾ ਵਧੀਆ ਰਿਜ਼ਲਟ ਆਉਣਗੇ, ਇਸ ਤਰ੍ਹਾਂ ਦਾ ਬਿਲਕੁਲ ਨਹੀਂ ਹੈਗਾ। ਓਪਨ ਵਰਕ ਪਰਮਿਟ ਦੀ ਕੇਸ ਦੀ ਗੱਲ ਕਰਦੇ ਹਾਂ ਤਾਂ 90% ਡਾਕੂਮੈਂਟੇਸ਼ਨ ਇਨਫੋਰਮੇਸ਼ਨ ਐਪਲੀਕੈਂਟ ਦੀ ਇੰਡੀਆ ਤੋਂ ਹੀ ਹੁੰਦੀ ਹੈ ਅਤੇ ਸਿਰਫ 10% ਡਾਕੂਮੈਂਟ ਜਾਂ ਇਨਫੋਰਮੇਸ਼ਨ ਜਿਹੜੀ ਹੈ ਉਹ ਕੈਨੇਡਾ ਤੋਂ ਉਹਨਾਂ ਦੇ ਸਪਾਊਸ ਦੀ ਹੁੰਦੀ ਹੈ। ਸੋ ਓਵਰਆਲ ਅੰਕਲ ਤੁਹਾਡਾ ਸਾਡੀ ਕੰਪਨੀ ਨਾਲ ਸਾਡੇ ਸਟਾਫ ਨਾਲ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ ਰਿਹਾ, ਬਹੁਤ ਵਧੀਆ ਗਾਈਡ ਕੀਤਾ। ਕਿੰਨੇ ਟਾਈਮ 'ਚ ਤੁਹਾਨੂੰ ਰਿਜ਼ਲਟ ਆਇਆ? ਇਹ ਇੱਕ ਸਾਲ ਲੱਗ ਗਿਆ, ਉਹ ਤੁਹਾਨੂੰ ਪਤਾ ਹੀ ਕੋਵਿਡ ਕਰਕੇ ਚੀਜ਼ਾਂ ਲੇਟ ਸੀਗੀਆਂ। ਸੋ ਫਾਈਨਲੀ ਹੁਣ ਤੁਸੀਂ ਹੈਪੀ ਹੋ? ਹਾਂਜੀ ਸਰ। ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਸੋ ਅੰਕਲ ਤੁਸੀਂ ਸਾਡੇ ਵਿਊਅਰਸ ਨੂੰ ਜਿਹੜੇ ਕਿ ਤੁਹਾਡੇ ਵਰਗੇ ਹੀ ਲੋਕ ਨੇ ਅੱਜ ਇਸ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਮੈਸੇਜ ਤਾਂ ਇਹੀ ਦਿੰਦੇ ਹਾਂ ਜੀ ਵੀ ਤੁਸੀਂ ਜੋ ਵੀ ਕੰਮ ਫਾਈਲ ਬਾਰੇ ਜਾਂ ਵੀਜ਼ੇ ਬਾਰੇ ਲਵਾਉਣਾ ਵੀ ਮਤਲਬ ਗਲੋਬਲ ਵਾਲਿਆਂ ਤੋਂ ਲਵਾਓ, ਠੀਕ ਹੈ, ਫੁੱਲ ਸੈਟੀਸਫਾਈ ਹੋ? ਹਾਂ ਜੀ ਬਿਲਕੁਲ, ਠੀਕ ਹੈ, ਚਲੋ ਥੈਂਕ ਯੂ ਵੈਰੀ ਮੱਚ ਅਤੇ ਸਤਨਾਮ ਆਲ ਦਾ ਬੈਸਟ ਫੋਰ ਯੂਅਰ ਫਿਊਚਰ।
ਸੋ ਦੋਸਤੋ ਇਹਨਾਂ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਕਿ ਕਿੱਦਾਂ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋ ਗਿਆ ਸੀਗਾ, ਫਿਰ ਇਹਨਾਂ ਨੇ ਸਾਡੀ ਟੀਮ ਦੀ ਹੈਲਪ ਲਈ, ਫਾਈਨਲੀ ਇਹਨਾਂ ਦਾ ਜਿਹੜਾ ਹੈਗਾ ਵੀਜ਼ਾ ਅੱਜ ਗ੍ਰਾਂਟ ਹੋ ਕੇ ਆ ਗਿਆ ਹੈਗਾ। ਸੋ ਜੇਕਰ ਤੁਹਾਡਾ ਵੀ ਕੋਈ ਸਵਾਲ ਹੈਗਾ, ਕੋਈ ਕੁਐਸਚਨ ਕੁਐਰੀ ਹੈਗੀ ਹੈ, ਜਾਂ ਤੁਸੀਂ ਸਾਡੀ ਹੈਲਪ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਆਫਿਸ ਸਾਨੂੰ ਆ ਕੇ ਵਿਜ਼ਿਟ ਕਰ ਸਕਦੇ ਹੋ, ਜਾਂ ਤੁਸੀਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਕੁਐਰੀ ਮਾਰਕ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀ ਤਰ੍ਹਾਂ ਤੁਹਾਡੇ ਵੀਜ਼ਾ ਲੈਣ ਦੇ ਵਿੱਚ ਵੀ ਤੁਹਾਡੀ ਹੈਲਪ ਕਰ ਸਕੀਏ। ਇੱਕ ਸਪੈਸ਼ਲ ਮੈਸੇਜ ਸਾਡੀ ਟੀਮ ਵੱਲੋਂ ਮੈਂ ਜ਼ਰੂਰ ਦੇਣਾ ਚਾਹੂੰਗਾ, ਕਿਉਂਕਿ ਬਹੁਤ ਸਾਰੇ ਰਿਫਿਊਜ਼ਲ ਕੇਸ ਅਸੀਂ ਅੱਜ ਕੱਲ੍ਹ ਡੀਲ ਕਰ ਰਹੇ ਹਾਂ, ਅਤੇ ਸਾਡੀ ਟੀਮ ਨੇ ਇਹੀ ਫਾਇੰਡ ਆਊਟ ਕੀਤਾ ਹੈਗਾ ਕਿ ਐਪਲੀਕੈਂਟ ਜਿਹੜਾ ਹੈਗਾ ਓਵਰ ਕੌਨਫੀਡੈਂਸ ਦੇ ਵਿੱਚ ਕਿ ਸਾਡੀ ਮੈਰਿਜ ਜੈਨੂਨ ਹੈਗੀ ਹੈ, ਸਾਡਾ ਤਾਂ ਵੀਜ਼ਾ ਆ ਹੀ ਜਾਣਾ ਹੈਗਾ, ਅਤੇ ਕੁਛ ਲੋਕ ਕੁਛ ਖਰਚੇ ਦੇ ਡਰ ਤੋਂ ਜਾਂ ਕੁਛ ਡਿਸਟੈਂਸ ਦੇ ਡਰ ਤੋਂ ਜਾਂ ਲੋਕਲ ਲੈਵਲ 'ਤੇ ਆਪਣੀ ਫਾਈਲ ਜਿਹੜੀ ਹੈ ਲਗਵਾ ਲੈਂਦੇ ਨੇ, ਅਤੇ ਬਹੁਤ ਸਾਰੀ ਜਿਹੜੀ ਇਸ ਕੈਟਾਗਰੀ ਦੇ ਵਿੱਚ ਰਿਫਿਊਜ਼ਲ ਆਉਣ ਦਾ ਰੀਜ਼ਨ ਹੈਗਾ ਕਿ ਜਿਨ੍ਹਾਂ ਥਰੂ ਉਹ ਫਾਈਲ ਲਗਾਉਂਦੇ ਨੇ ਉਹਨਾਂ ਨੂੰ ਇਸ ਪ੍ਰੋਡਕਟ ਦੀ ਪ੍ਰੋਪਰ ਨੌਲੇਜ ਨਹੀਂ ਹੁੰਦੀ, ਸਹੀ ਇਨਫੋਰਮੇਸ਼ਨ ਨਹੀਂ ਲਗਾਉਂਦੇ, ਸਹੀ ਡਾਕੂਮੈਂਟੇਸ਼ਨ ਨਹੀਂ ਲਗਾਉਂਦੇ, ਅਤੇ ਉਹਨਾਂ ਨੂੰ ਵੀਜ਼ਾ ਦਾ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈਗਾ। ਪਰ ਉਹੀ ਸੇਮ ਪ੍ਰੋਫਾਈਲ ਹੁੰਦੀ ਹੈ, ਸੇਮ ਜਿਹੜੀ ਹੈ ਚੀਜ਼ਾਂ ਹੁੰਦੀਆਂ ਨੇ, ਪਰ ਸਹੀ ਤਰੀਕੇ ਨਾਲ ਪ੍ਰੈਜੈਂਟੇਸ਼ਨ ਕਰਦੇ ਹੋਏ, ਸਹੀ ਡਾਕੂਮੈਂਟੇਸ਼ਨ ਲਗਾਉਂਦੇ ਹੋਏ ਜਿਹੜਾ ਹੈਗਾ ਦੁਬਾਰਾ ਵੀਜ਼ਾ ਮਿਲ ਜਾਂਦਾ ਹੈਗਾ। ਤੋ ਇੱਥੋਂ ਇਹੀ ਪਤਾ ਚੱਲਦਾ ਹੈਗਾ ਕਿ ਤੁਸੀਂ ਆਪਣੀ ਫਾਈਲ ਦੇ ਵਿੱਚ ਬਿਲਕੁਲ ਜਲਦਬਾਜ਼ੀ ਨਾ ਕਰੋ, ਪ੍ਰੋਪਰ ਆਪਣੀ ਫਾਈਲ ਨੂੰ ਤਿਆਰ ਕਰਾਓ, ਇੱਕ ਅੱਛੇ ਕੰਸਲਟੈਂਟ ਦੇ ਥਰੂ ਹੀ ਆਪਣੀ ਫਾਈਲ ਲਗਾਓ, ਸੋ ਦੈਟ ਤੁਹਾਨੂੰ ਜਿਹੜਾ ਹੈਗਾ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ। ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ।